ਸਾਡੇ ਚੌਧਰੀ ਸਾਹਿਬ ਐਸੇ ਵਧੀਆ ਨੇ, ਦੋ ਉਹਨਾਂ ਦੇ ਪੁੱਤਰ ਨੇ, ਇੱਕ ਉਹਨਾਂ ਦੀ ਧੀ ਹੈ, ਮੈਨੂੰ ਨੌਕਰ ਰੱਖਿਆ, ਮੈਨੂੰ ਨਹੀਂ ਤਨਖਾਹ ਦਿੰਦੇ, ਨਾ ਖਾਣ ਨੂੰ ਦੇ ਰਹੇ ਨਾ ਪਾਉਣ ਨੂੰ ਦੇ ਰਹੇ ਨੇ। ਉੱਤੋਂ ਪੁੱਤਰ ਉਹਨਾਂ ਦੇ ਕੰਮ ਨਹੀਂ ਕਰਦੇ, ਉਹਨਾਂ ਨੇ ਆ ਮਕਾਨ ਹੀ ਕਿਰਾਏ 'ਤੇ ਚੜਾਤਾ। ਉੱਤੋਂ ਇਹ ਇਹਨਾਂ ਦੇ ਹਾਲਾਤ ਅੱਛੇ ਨੇ, ਇਹਨਾਂ ਦੇ ਮਾੜੇ ਨੇ, ਦੱਸੋ ਕੀ ਦੌਰ ਆ ਗਿਆ। ਇੱਕ ਤਾਂ ਇਹਨਾਂ ਦੀ ਨੁਕਰਾਨੀ ਹੈ, ਕਹਾਣੀ ਇਹਨੇ ਪਤਾ ਨਹੀਂ ਕਦੋਂ ਆਉਣਾ, ਚੰਗੀ ਭਲੀ ਕਦੋਂ ਦੀ ਇਹਨਾਂ ਨੇ ਘਰ ਕਿਰਾਏ 'ਤੇ ਲਿਆ। ਹਲਕੀ ਫੁਲਕੀ ਇਹਨਾਂ ਨਾਲ ਗੱਲ ਚੱਲ ਰਹੀ ਹੈ। ਉੱਤੋਂ ਮਾਲਕਾਂ ਦੇ ਮੁੰਡੇ ਨੇ ਐਸੇ ਨਕੰਮੇ ਨੇ, ਕੰਮ ਹੀ ਨਹੀਂ ਕਰਦੇ, ਵੀ ਉਹ ਉਹਨਾਂ ਦਾ ਤੰਗ ਹੈ। ਚਲੋ ਸਾਨੂੰ ਕੀ, ਅਸੀਂ ਤਾਂ ਦੇਖ ਲਓ ਫਿਰ ਤੁਸੀਂ ਖਰੇ ਕਿਦੋਂ ਆਉਣਾ। ਇਧਰ ਆਓ, ਇਧਰ ਆਓ, ਆ ਗਈ। ਆਪ ਤੋਂ ਇਸ ਘਰ ਕੀ ਨੁਕਰਾਨੀ ਹੋ? ਹਾਂਜੀ। ਇਹਦਾ ਮਤਲਬ ਤੇਰੇ ਮਾਲਕ ਠੀਕ ਨੇ, ਉਹਨਾਂ ਨੇ ਕਿਹਾ ਤਿਆਰ ਸ਼ਿਆਰ ਹੋ ਕੇ ਰਿਹਾ ਕਰ। ਬਿਲਕੁਲ ਮਾਂ ਨੁਕਰਾਨੀ ਤਾਂ ਤੁਸੀਂ ਲੱਗਦੇ ਹੀ ਨਹੀਂ। ਕਿਉਂ? ਇਹ ਮਾਂ ਮੁਹੰਮਦ ਇਰਫਾਨ ਲੱਗ ਰਹੇ ਹੈ, ਇਤਨੀ ਪਿਆਰੀ ਹੋ ਆਪ। ਮੇਰਾ ਘਰ ਦਾ ਤੇਰਾ ਖਾਨਾ ਖਰਾਬ ਹੋ ਗਿਆ। ਮੈਂ ਤਸੁੰਨ ਮਾਰ ਕੇ ਸਾਰਾ ਦੋ ਸੋਡਾ ਡੋਲ ਦੇਣਾ ਇੱਥੇ। ਤੂੰ ਕਿੱਚੀ ਹੋਏਗੀ ਕਿਸੇ ਹੋਰ ਦੀ, ਮੈਂ ਕਿੱਜਾ ਹੀ ਸਾਰਿਆਂ ਦਾ। ਮਜ਼ਾਕ ਕੀਤਾ, ਸੀਰੀਅਸ ਨਾ ਹੋ, ਤੁਸੀਂ ਆਪ ਹੀ ਕਰ ਜਾਣਾ ਭਰਾ। ਮੇਰੇ ਭਰਾ ਹੈ ਨਾ, ਥੋੜਾ ਸਾ ਚੱਲ ਕੇ ਦਿਖਾਓ, ਵੇਖ ਲਓ ਫਿਰ ਤੁਸੀਂ ਵੱਡੀ ਤੋਂ ਬਾਅਦ। ਆਪ ਇਤਨੀ ਪਿਆਰੀ ਹੋ, ਨੁਕਰਾਨੀ ਹੋ ਕਿ ਆਪ ਮਾਡਲ ਲੱਗਤੀ ਹੋ। ਜ਼ਰਾ ਚੱਲ ਕੇ ਦਿਖਾਓ ਸਹੀ ਤਰ੍ਹਾਂ। ਆਹਾ, ਅੱਛਾ ਟੋਟੀ ਪਿੱਛੇ ਇੰਝ ਲੱਗਦਾ ਦੋ ਬੰਦੇ ਆਪਸ ਵਿੱਚ ਚੁਗਲੀਆਂ ਕਰ ਰਹੇ। ਅੱਛਾ, ਜੇ ਤੁਹਾਡੀ ਇਜਾਜ਼ਤ ਹੋਵੇ ਵਿੱਚ ਇੱਕ ਬੰਦਾ ਹੋਰ ਦੇ ਕੇ ਸੁਲਾਹ ਕਰਾ ਦਈਏ। ਮਜ਼ਾਕੀ ਮਜ਼ਾਕੀ ਹੈ, ਸਿਰਫ ਤੇਰੇ ਨਾਲ ਪਿਆਰ ਕਰਨਾ ਹੈ। ਸੱਚੀ? ਹਾਂ ਨਾ। ਅੱਛਾ ਗੱਲ ਸੁਣ ਜੀ, ਵੇਖ ਨਾ, ਮੇਰੇ ਮਾਲਕ ਇੰਨੇ ਚੰਗੇ ਨੇ, ਇੰਨੇ ਚੰਗੇ ਨੇ, ਤੇਰੇ ਮਾਲਕ ਕਿਉਂ ਨਹੀਂ ਚੰਗੇ? ਲੇਕਿਨ ਉਹਨਾਂ ਦਾ ਮੁੰਡਾ ਬਹੁਤ ਘਟੀਆ ਹੈ। ਉਹ ਕਿਵੇਂ? ਮੇਰੇ ਮਾਲਕ ਅੱਛੇ ਨੇ, ਉਹਨਾਂ ਦੀ ਵੀ ਔਲਾਦ ਅੱਛੀ ਨੇ। ਹਾਂ, ਉਹ ਕਿਸ ਤਰ੍ਹਾਂ? ਵੈਸੇ ਬਦਤਮੀਜ਼ ਨੇ, ਕੰਮ ਨਹੀਂ ਕਰਦੇ, ਵਿਹਲੇ ਨੇ, ਇਸੇ ਦੁੱਖੋ ਤੇ ਉਹਨਾਂ ਨੇ ਮਕਾਨ ਕਿਰਾਏ ਤੇ ਦਿੱਤਾ ਹੈ। ਫਿਰ ਤੂੰ ਮੇਰਾ ਸੋਚ, ਮੈਂ ਤੇਰਾ ਸੋਚ। ਵਿਆਹ ਦਾ ਪਤਾ ਹੀ ਨਹੀਂ ਪਤਾ? ਉਦੋਂ ਕਰਾਂਗੀ ਜਦੋਂ ਤੈਨੂੰ ਮੁੱਛਾਂ ਨਿਕਲ ਆਉਣਗੀਆਂ। ਬਲਕਿ ਮੈਂ ਤਾਂ ਕਹਿੰਦਾ ਮੁੱਛਾਂ ਰੱਖ ਕੇ ਚਿੰਗਚੀ ਚਲਾ। ਅੱਛਾ, ਤਿੰਨ ਸਵਾਰੀਆਂ ਅੱਗੇ ਤਿੰਨ ਪਿੱਛੇ, ਸੱਤਵੀਂ ਤੋਂ ਬਚਣਾ ਹੈ। ਉਹ ਕਿਉਂ? ਸੱਤਵੀਂ ਬਹਿ ਜਾਏ ਡਰਾਈਵਰ ਟੈਂਕੀ ਤੇ, ਐਡਾ ਟੱਕਣ ਹੁੰਦਾ ਹੀ, ਚਿੰਗਚੀ ਨਾ ਚਲਾਈ। ਠੀਕ ਹੈ, ਮੈਨੂੰ ਵਿਆਹ ਲੋ ਦੱਸ। ਵਿਆਹ? ਹਾਂ, ਵਿਆਹ ਤੇ ਬਹੁਤ ਵਧੀਆ ਹੁੰਦਾ ਹੈ। ਕੀ ਹੁੰਦਾ? ਵਿਆਹ ਲੈ ਤੇ ਲਾੜਾ ਵੋਟੀ ਨੂੰ ਲੈ ਕੇ ਮਸਹਿਰੀ ਵਾਲੇ ਕਮਰੇ ਚ ਵੜ ਕੇ ਸਭ ਤੋਂ ਪਹਿਲੇ ਕੁੰਡੀ ਲਾਉਂਦਾ ਹੈ। ਅੱਛਾ। ਫਿਰ ਲਾੜਾ ਤੇ ਵੋਟੀ ਆਪਸ ਚ ਤਾਸ਼ ਖੇਡਦੇ। ਅੱਛਾ। ਲਾੜਾ ਪਹਿਲੀ ਬਾਜ਼ੀ ਲਾਉਂਦਾ ਹੈ। ਹਾਂ। ਫਿਰ ਲਾੜਾ ਦੂਜੀ ਬਾਜ਼ੀ ਲਾਉਂਦਾ ਹੈ। ਹਾਂ। ਫਿਰ ਲਾੜਾ ਉਲਟ ਬਾਜ਼ੀ ਲਾਉਂਦਾ ਹੈ। ਬੇਗਮ ਕਹਿੰਦੀ ਜਾਨੂ ਇੱਕ ਬਾਜ਼ੀ ਹੋਰ ਲਾਓ। ਹਾਂ। ਲਾੜਾ ਕਹਿੰਦਾ ਬਸ ਕਰ ਦੇ ਬੀਬੀ, ਤੂੰ ਮੇਰੇ ਪੱਤੇ ਵੇਖ ਲੈ ਨੇ। ਬੇਗਮ ਕਹਿੰਦੀ ਨਹੀਂ ਜਾਨੂ, ਤੁਸੀਂ ਇੱਕ ਬਾਜ਼ੀ ਹੋਰ ਲਾਓ। ਲਾੜਾ ਮਜਬੂਰ ਹੁੰਦਾ, ਉਹ ਵਿਚਾਰਾ ਤਾਸ਼ ਹੱਥ ਨਾਲ ਫੈਂਟਣੀ ਸ਼ੁਰੂ ਕਰ ਦਿੰਦਾ। ਕਿਉਂਕਿ ਯੱਕਾ ਤੇ ਕੰਮ ਹੀ ਨਹੀਂ ਕਰਦਾ ਉਹ ਵਿਚਾਰਾ, ਉਸ ਮੌਕੇ ਤੇ ਉਂਗਲ ਨਾਲ ਹੀ ਚਿੜੀਏ ਦਾ ਗੋਲਾ ਬਣਾ ਕੇ ਲੱਗਾ ਰਹਿੰਦਾ। ਬਸ ਮੈਨੂੰ ਇੱਥੋਂ ਤੱਕ ਪਤਾ ਹੈ ਜਾਨੂ। ਅੱਛਾ। ਹਾਂ, ਤੇ ਤੈਨੂੰ ਕਿੰਨੀ ਤਨਖਾਹ ਮਿਲਦੀ ਹੈ ਇੱਥੋਂ? ਮੈਨੂੰ ਤੇਰੇ ਅੰਦਾਜ਼ ਨਾਲ ਕਿੰਨੀ ਮਿਲਦੀ ਹੋਣੀ ਹੈ? ਇੱਕ 5-7 ਹਜ਼ਾਰ ਰੁਪਇਆ। ਓ, 15,000 ਰੁਪਇਆ ਅੰਨੀ ਦੀ? ਇਹ ਸਿਰਫ ਉਹਨਾਂ ਦੀਆਂ ਕਮੀਜ਼ਾਂ ਧੋਨੀ ਕਾਟਨ ਦੀਆਂ, ਉਹਨਾਂ ਨੇ ਤੈਨੂੰ ਮਨਾ ਕੀਤਾ ਸਲਵਾਰਾਂ ਨੂੰ ਮਾਇਆ ਨਹੀਂ ਲਾਉਣੀ, ਪਹਿਲੇ ਲੱਗੀ ਹੁੰਦੀ। ਕਿੰਨਾ ਤੂੰ ਕੰਮ ਕਰਨੀ, ਤੈਨੂੰ ਕਾਹਦਾ 7,000 ਮਿਲਦਾ ਹੈ? ਆਪਣੇ ਸਹੁਰੇ ਦੇ ਕਮਰੇ ਚ ਵੜ ਕੇ ਕਹਿਣਾ ਪਾਪਾ ਚਾਹੇ ਗਰਮ, ਅਗਲਾ ਕਹੇ ਦੋਵੇਂ ਕੱਪ ਫੜਾ। ਕਿਹੜੀਆਂ ਕਰਾਂ? ਕੈਸੀ ਦੁਨੀਆ, ਅੱਗੇ ਪਿੱਛੇ ਬੱਤੀ ਬੰਦ ਹੋ ਜਾਂਦੀ, ਆ ਹੁਣ ਨਹੀਂ ਹੋ ਰਹੀ। ਚੱਲ ਕੇ ਦਿਖਾ, ਕਾਫੀ ਦੇਰ ਹੋ ਗਈ ਮੇਰੇ ਭਰਾਵਾਂ ਨੂੰ, ਚੱਲ ਕੇ ਦਿਖਾ। ਦੇਖ ਲਓ ਫਿਰ, ਮੈਂ ਰੋਜ਼ ਚਾਂਸ ਨਹੀਂ ਦੇਣੇ। ਆ ਪਿਆਰੀ ਹੋ ਤੋ ਕਿਆ ਬਣਾ ਰਹੀ ਹੋ ਅੱਜ? ਅੱਜ ਜੋ ਵੀ ਤੂੰ ਖਾਣਾ ਆਪਣੇ ਮਾਲਕਾਂ ਦਾ ਬਣਾਏਗੀ, ਮੈਨੂੰ ਵੀ ਖਵਾਉਣਾ ਹੈ।
ਮੈਂ ਤੇ ਤੇਰੇ ਲਈ ਰੱਖਿਆ ਹੁੰਦਾ ਮੈਨੂੰ ਖਵਾਇਆ ਕਰ ਤੇ ਪਰ ਤੂੰ ਲੈਣ ਹੀ ਨਹੀਂ ਆਂਦਾ ਮੈਂ ਤੇ ਚਾਹਨਾ ਕਿ ਮੈਂ ਤੈਨੂੰ ਕੁਝ ਖਵਾਵਾਂ ਕੀ ਹਾਂ ਕੁਝ ਵੀ ਖਵਾਵਾਂ ਬਸ ਮੈਂ ਇਹ ਨਹੀਂ ਚਾਹਦਾ ਤੂੰ ਖਾਲੀ ਪੇਟ ਨਾ ਰਵੇਂ ਖਾਣਾ ਪੀਣਾ ਹਾਂ ਤੇ ਚਲੋ ਧਿਆਨ ਸੇ ਜਾਣਾ ਠੀਕ ਹੈ ਓਕੇ ਹਾਂ ਤੇ ਜਦੋਂ ਸਕੂਲ ਨੂੰ ਆਈਏ ਪਿੱਛੋਂ ਬਸਤਾ ਵੀ ਲਾ ਦਈਦਾ ਕੁੜੀ ਕੋਠੇ ਚਿੱਟੀ ਹੋ ਗਈ ਹੈ ਪਤਾ ਨਹੀਂ ਉੱਥੋਂ ਹੀ ਲਿਆਂਦੀ ਹੈ पैसे लेने ने 2 महीने हो गए 1500 रुपया हो गया 3000 रुपया इन्होंने मेरे ना वादा किया देंगे मेरी गल सुन देखो मेरी गल सुनो इन्होंने तार ली है साढ़े को ਇਹ ਨਾਲ ਦੇ ਨੇ ਤਾਰ ਦਿੱਤੀ ਏ ਉਹਨਾਂ ਕੋਲੋਂ ਤੇ ਇਹਦਾ ਮਕਸਦ ਹੈਗਾ ਕਿ 3000 ਰੁਪਇਆ 2 ਘਰਾਂ ਦਾ ਬਣ ਗਿਆ ਉਹ ਭਾਈ ਤੇਰੀ ਕੇਬਲ ਹੀ ਗੰਦੀ ਆ ਰਹੀ ਏ ਆਹੋ ਤੇ ਜਿਹੋ ਜਿਹਾ ਘਰ ਉਹੋ ਜਿਹੀ ਆਣੀ ਕੈਸੇ ਕਰ ਰਹੇ ਤੇ ਤੂੰ ਹਲੋ ਤਮੀਜ਼ ਨਾਲ ਲਹਿਰੀ ਕੇਬਲ ਆਮ ਬੰਦਾ ਨਹੀਂ ਗਾ ਪੂਰੇ ਇਲਾਕੇ ਦੀ ਕੇਬਲ ਕਰੀਮ ਪਾਰਕ ਮਸ਼ਹੂਰ ਇਲਾਕਾ ਸਾਡਾ ਅੱਛਾ ਜੀ ਹਾਂਜੀ ਇਹ ਧੀਆਂ ਭੈਣਾਂ ਵਾਲੇ ਘਰ ਨੇ ਫੈਮਲੀਆਂ ਵਾਲੇ ਹਾਂਜੀ ਆ ਰਾਤ ਨੂੰ 4 ਵਜੇ ਕਿਹੜੇ ਚੈਨਲ ਖੋਲਣਾ ਅੰਨੀ ਗਿਆ ਉਹ ਦੇਖੋ ਮੇਰੇ ਇਹ ਤੁਹਾਡੇ ਦੁੱਖੋਂ ਇੱਕ ਬਾਬਾ ਫੌਤ ਹੋ ਗਿਆ ਅਸੀਂ ਸਮਝਦੇ ਸਾਂ ਜਾਗਦਾ ਰਹਿੰਦਾ ਇਬਾਦਤ ਕਰਦਾ ਅੱਛਾ ਉਹ ਤੇ ਹਲਾ ਲਲਾ ਕਰਦਾ ਮਰ ਗਿਆ ਇਹ ਵੀ ਕੇਬਲ ਵਾਲਾ ਤਾਂ ਪਾਗਲ ਚਲੋ ਕੋਈ ਐਸੀ ਬਾਤ ਨਹੀਂ ਇਹ ਮੈਂ ਕਿਹਾ ਲਹਿਰੀ ਭਾਈ ਜੀ ਜੀ ਫੀਸ ਕਿੰਨੀ ਹੈ ਇਹ ਫੀਸ 3000 ਰੁਪਏ ਤੁਹਾਨੂੰ ਗਲਤ ਫਹਿਮੀ ਹੋਈ ਅਸੀਂ ਤਾਰ ਇਹਨਾਂ ਕੋਲੋਂ ਪੁੱਛ ਕੇ ਲਈ ਸੀ ਅੱਛਾ ਜੀ ਤੇ ਬਾਰਾ ਤੁਹਾਨੂੰ ਤੁਹਾਡੀ ਫੀਸ ਮਿਲ ਜੇਗੀ ਅੱਜ ਮੈਂ ਉਹਨਾਂ ਦੇ ਮਾਲਕ ਨੂੰ ਕਹਾਂਗਾ ਅੱਛਾ ਉਹ ਤੁਹਾਨੂੰ ਤੁਹਾਡੀ ਫੀਸ ਦੇ ਦੇਣਗੇ ਤੇ ਮੈਂ ਕਿਹਾ ਮੇਰੀ ਗੱਲ ਸੁਣੋ ਹਾਂਜੀ ਇਹ ਕਿੰਨੇ ਬੱਚੇ ਨੇ ਤੁਹਾਡੇ ਸਾਡੇ ਤੇ 3 ਬੱਚੇ ਚੈਨਲ ਕਿਉਂ ਥੋੜੇ ਆ ਰਹੇ ਨੇ 3 ਬੱਚੇ ਨੇ ਹਾਂ ਤੇ 18 ਚੈਨਲ ਵਾਲੇ ਨੇ ਹੋਰ ਕਿੰਨੇ ਕੋ ਆਉਣ ਦੇਖੋ ਮੇਰੀ ਗੱਲ ਸੁਣੋ ਮਾਸ਼ਾਅੱਲਾ ਇਹ ਘਰ ਵਾਕੇ ਤੁਹਾਡਾ ਇਹ ਸਾਡਾ ਇਹ ਮੇਰੇ ਮਾਲਕ ਨੇ ਮੈਂ ਉਹਨਾਂ ਦਾ ਨੌਕਰ ਆ ਨੌਕਰ ਤਮੀ ਤਮੀ ਥੂ ਤੇਰੀ ਜ਼ਾਤ ਤੇ ਓਏ ਲੈਰੀ ਕੇਬਲ ਵਾਲੇ ਨੇ ਚੱਪੇ ਪਾ ਰਹੇ ਮਾਸ਼ਾਅੱਲਾ ਤੇਰੇ ਦੇ ਮੁੰਡੇ ਨੇ ਡਿਫੈਂਸ ਸਾਈਡ ਤੇ ਮੰਗਦੇ ਨੇ ਕਿਵੇਂ ਐਕਸਕਿਊਜ਼ ਮੀ ਸਰ 1 ਪੀਜ਼ਾ 1 ਬਰਗਰ 1 ਪੈਪਸੀ ਅੱਲਾ ਨੇ ਤੁਹਾਨੂੰ ਕੜਾ ਹੀ ਦੇਣਾ ਹੈ ਕੜਾ ਹੀ ਦੇਣਾ ਹੈ ਕੜਾ ਹੀ ਦੇਣਾ ਉਹ ਤੂੰ ਕੇਬਲ ਵਾਲਾ ਕਿ ਖੁਸਰਾ ਕੋਈ ਗੱਲ ਨਹੀਂ ਕਦੀ ਦਿਹਾੜੀ ਵੀ ਲਾ ਲਈਦੀ ਨੋ ਪ੍ਰੋਬਲਮ ਸਰ ਤੁਸੀਂ ਆਓ ਸ਼ਾਮ ਨੂੰ ਮੈਂ ਇਹਨਾਂ ਨੂੰ ਕਹਿ ਦਿੰਦਾ ਕਿ ਸਰ ਉਹ ਕੇਬਲ ਵਾਲਾ ਆਇਆ ਸੀ ਲਹਿਰੀ ਅੱਛਾ ਕਿੰਨਾ ਬਿੱਲ ਹੈ ਇਹ 3000 ਰੁਪਇਆ ਤੇ ਮੇਰੇ ਇੱਥੇ ਆਂਦਾ 2 ਪਲੇਟਾਂ ਬਿਰਿਆਨੀ ਦੀਆਂ ਤੇ 1 ਜੂਸ ਅੱਛਾ ਜੀ 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 ਇਹ ਖਵਾਉਂਦੇ ਪਹਿਲੇ ਤੁਹਾਨੂੰ ਹਾਂਜੀ ਅੱਛਾ ਜੀ ਉਹ ਵੀ ਕਹਿ ਰਿਹਾਗਾ ਮੈਂ ਤੇ ਕਿੰਨੇ ਪੈਸੇ ਨੇ ਇਹ 3000 ਤੇ ਫਰਜ਼ ਕਰੋ ਤੁਹਾਨੂੰ ਮੈਂ 3500 ਉਧਾਰ ਦਿੱਤਾ 3500 ਉਧਾਰ ਹਾਂ ਮੈਂ ਤੁਹਾਡੇ ਕੋ ਕਿੰਨੇ ਪੈਸੇ ਲੈਣੇ ਨੇ ਇਹ 3500 ਤੁਸੀਂ ਕਿੰਨੇ ਲੈਣੇ ਨੇ 3000 3000 ਕੱਟ ਲਓ ਬਾਕੀ ਕਿੰਨਾ ਰਹਿ ਗਿਆ ਬਾਕੀ ਰਹਿ ਗਿਆ 500 ਉਹ ਦੇ ਮੇਰਾ 500 ਦੇ ਦੇ ਮੇਰੀ ਗੱਲ ਸੁਣ ਚੱਲ ਦੌੜ ਸ਼ਾਮ ਨੂੰ ਆਈ ਸ਼ਾਮ ਨੂੰ ਦੇ ਦੇਣੇ ਨੇ ਪੈਸੇ ਹਾਂ ਪੈਸੇ ਦੇ ਦੇਵਾਂਗੇ ਅੱਛਾ ਜੀ ਅੱਲਾ ਤੁਹਾਡੀ ਜ਼ਿੰਦਗੀ ਕਰੇ ਤੁਸੀਂ ਦੱਸੋ ਹੈ ਬਹੁਤ ਅੱਛੇ ਹੋ ਨਹੀਂ ਦੇਆ ਪਠਾਨ ਤਾਂ ਨਹੀਂ ਨਾ ਸ਼ੋਪੇ ਖਬਰਦਾਰ ਆਸ਼ਾ ਪਠਾਨ ਵੀ ਮਜ਼ੇਦਾਰ ਹੁੰਦੇ ਨੇ ਬੇਗਮ ਸਾਹਿਬਾ ਦੀ ਸਮਝ ਨਹੀਂ ਆਉਂਦੀ ਉਹ ਕਿਉਂ ਇੰਨੇ ਸੂਟ ਲੈਂਦੀ ਹੈ सिखा सकती है क्या ये कैसे आप करती है जिम हाँ जी सिखाती हूँ करवाए अच्छा पहले ऐसे अच्छा जी कैसे ऐसे जो असि कहने उदो तो होंगे ही नहीं ऐसे हाँ फिर ऐसे ऐसे फिर ऐसे फिर ऐसे फिर ऐसे एक मिनट ठहर जाओ और पानी तटा रखो गेम के बाद नहाते हैं अच्छा कोई और स्टाइल दसो और मैं
आपको बताती हूँ। बताओ। एक ऐसे करे। एक ऐसे। हाँ, फिर ऐसे। है भी होता है? हाँ जी। मैं तो देखे ही नहीं। जी ये भी है? हाँ जी ये भी है। अच्छा एक ऐसे और थोड़ा नीचे झुके और थोड़ा ऐसे। अच्छा जी फिर ऐसे ऐसे थल ही रहने दो। कोई और बताओ। अच्छा ऐ मेनू आ गए ने ऐ। हाँ ऐ। हाँ और सख्त जाए दसो जी तो मैं फड़िया जाऊं। अच्छा तो फिर एक आप ऐसे करो। और पानी तका रहन दे बस मसीतों फटाई ले। हाँ दोबारा करे इधर वही की थी भरावा पीड़ होती तो तेल ले ला तेल। झोली च बैठा है मेनू नहीं पता। तो आपने जो किया दोबारा बता दे मुझे भूल जाएगा। जो तुम इतने कहो ना दो मिनट का स्टे करना है। अच्छा। मैं उतर के सिगरेट सुगरेट लेने 12 लाख घबराए नहीं। आपका जो भी बिल है ना आज आपको मिल जाएगा। मैं बेगम साहब को बताऊंगा जिन्ना बिल है मैं उन्होंने दसांगा कि उन्होंने वालदा की तबीयत ठीक नहीं है। तो बिल तुहाडे घर पहुंचा के आवांगे। अगर आज शाम तक ना आए तुसी आप आ जाना। ठीक है चलो थैंक यू बहुत शुक्रिया बाय बाय। चलिए जी साहब जी और की हाल है साहब जी? ठीक है वेला ही है। वेला ही है ये काम छड़ी ना लभदा नहीं हूं दान दिया वेला ही रहना। घर दा नौकर है काम किने करने है साहब जी? काम करना मैं सारे काम करना मैं सारे नहीं ना करदा। साहब ने कहा कि सिर्फ बेगम साहब दा काम करया कर। ए मुंडे मेरे नलायक ने ए कुछ नहीं करदे। नलायक कड़े ने असि काम करने है सारे साडा अपना घर है साडे किराएदार ने। जी सारा किराएदार ने तुहाडे मैनूं पता ਤੁਹਾਡੇ ਦੁੱਖੋਂ ਤੁਹਾਡੇ ਪਾਪਾ ਨੇ ਕਿਰਾਏ ਤੇ ਘਰ ਦਿੱਤਾ ਹੈ। ਸਾਡੇ ਦੁੱਖੋਂ ਗੱਲ ਨਹੀਂ ਦਿੱਤਾ ਉਂਝ ਵੀ ਦੇਣਾ ਹੀ ਸੀ। ਤੁਸੀਂ ਉਹਨਾਂ ਨੂੰ ਇੰਨਾ ਸਤਾਇਆ ਉਹਨਾਂ ਨੂੰ ਸਤਾਇਆ। ਸਰ ਆਪਣੇ ਇੱਕ ਨਾਸ਼ਤਾ ਕੀ ਕਰਨਾ ਹੈ? ਹੈ ਨਾਸ਼ਤਾ ਕੀ ਕਰਨਾ ਹੈ? ਨਾਸ਼ਤਾ ਅੱਜ ਕਰ ਪੁੱਤਰ ਆਪਣਾ ਇੱਕ ਕੁੰਡਾ ਦਹੀਂ ਦਾ। ਅੱਛਾ ਜੀ ਛੇ ਪੂੜੀਆਂ ਛੇ ਚਨੇ। ਅੱਛਾ ਜੀ ਇੱਕ ਪਾਵਾ ਇੱਕ ਜ਼ੁਬਾਨ। ਅੱਛਾ ਮੈਂ ਤਾਂ ਕਹਿੰਦਾ ਜੀ ਪਾਵਾ ਲੈਣ ਦੇ ਜ਼ੁਬਾਨ ਰਹਿੰਦੇ ਨੇ ਬਜਾ। ਉਹ ਜਦੋਂ ਪਾਵਾ ਆਏਗਾ ਜ਼ੁਬਾਨ ਆਪੀ ਬਾਹਰ ਆ ਜਾਏਗੀ। ਜਿੱਥੋਂ ਨੂੰ ਲੈਣਾ ਉੱਥੇ ਨਹੀਂ ਆਏਗੀ। ਸਰ ਇੱਕ ਕੁੰਡਾ ਤੁਸੀਂ ਕੀ ਕਰਨਾ? ਉਹ ਯਾਰ ਕੁਛ ਨਹੀਂ ਕਹਿਣਾ ਅੰਦਰ ਜਾ ਕੇ ਅੱਬਾ ਜੀ ਨੂੰ ਉਠਾ। ਜੀ ਮੈਂ ਇਹਨਾਂ ਕੋਲੋਂ ਕਿਰਾਇਆ ਲੈਣਾ। ਜੀ ਸਰ ਮੈਂ ਅੱਬਾ ਜੀ ਨੂੰ ਉਠਾਉਣਾ। ਤੋ ਭਾਅ ਜੀ ਬਹਿ ਜਾਓ ਯਾਰ ਕੀ ਹੋ ਗਿਆ ਪਿਆਰੇ ਹੋ ਬੈਠੋ। ਸਾਹਿਬ ਜੀ ਠੀਕ ਹੈ ਤੁਸੀਂ ਕਿਰਾਇਆ ਲਵੋ ਤਾਂ ਮੈਂ ਕੁਛ ਨਾਸ਼ਤਾ ਬਣਾਉਣਾ। ਕੰਮ ਕਰਿਆ ਕਰ ਨੀਅਤ ਨਾ ਗੱਲ ਸੁਣ। ਜੀ ਸਾਹਿਬ ਜੀ ਅਸੀਂ ਜਿਸ ਤਰ੍ਹਾਂ ਵੀ ਆ। ਹਾਂਜੀ ਹਾਂ ਸਾਹਿਬ ਜੀ ਅਸੀਂ ਕਦੀ ਤੇਰੀ ਨੌਕਰ ਨਹੀਂ ਸਮਝਿਆ। ਜੀ ਸਾਹਿਬ ਜੀ ਤੇ ਨਾ ਤੁਸੀਂ ਕਦੀ ਸਾਨੂੰ ਮਾਲਕ ਸਮਝਿਆ। ਔਰ ਸਾਹਿਬ ਜੀ ਲੇਕਿਨ ਤੁਸੀਂ ਪਿਆਰ ਨਹੀਂ ਕਰਦੇ ਨਾ ਖਾਣ ਨੂੰ ਦੇ ਰਹੇ ਹੋ ਤੇ ਨਾ ਪਾਉਣ ਨੂੰ। ਨਹੀਂ ਪਾਉਣ ਨੂੰ ਤਾਂ ਦੇ ਰਹੇ ਹਾਂ ਤੈਨੂੰ। ਸਾਹਿਬ ਜੀ ਪੈਂਟ ਤੇ ਇੱਕ ਲੈ ਰਿਹਾ ਮੈਨੂੰ ਬਲੈਕ ਕਲਰ ਦੀ। ਪੈਂਟ ਸਾਰਿਆ ਤੂੰ ਮਾਡਲਿੰਗ ਕਰਨੀ ਆ। ਸਾਹਿਬ ਜੀ ਮੈਂ ਤੁਹਾਡਾ ਨਾਸ਼ਤਾ ਰੈਡੀ ਕਰ ਰਿਹਾ। ਕਰੋ ਅੱਜ ਮੈਂ ਅੰਡੇ ਔਰ ਸਲਾਈਸ ਬਣਾ ਰਹਾ। ਜੋ ਮਰਜ਼ੀ ਬਣਾ ਲਾ। ਤੇ ਅੰਡਾ ਸਾਦਾ ਖਾਣਾ ਹੈ ਕਿ ਆਮਲੇਟ ਸਰ? ਨਹੀਂ ਤੂੰ ਅੰਡਾ ਮੁਰਗੀ ਸਮੇਤ ਹੀ ਲਿਆ ਅੱਜ। ਠੀਕ ਹੈ ਸਾਹਿਬ ਜੀ। ਭਾਈ ਕਿਰਾਏਦਾਰੋ ਅੱਜ ਤਰੀਕ ਦੇਖ ਲਓ ਕੀ ਹੋ ਗਈ ਹੈ। ਕਿਰਾਇਆ ਦੇ ਦਿਓ ਬਾਹਰ ਆਓ। ਹੈਲੋ ਕਿੰਨੀਆਂ ਭੈਣਾਂ ਤੁਸੀਂ?
ਅਸੀਂ ਦੋ ਭੈਣਾਂ ਫੇਰ ਵੀ ਕਿਰਾਇਆ ਦੇਣ ਦਈਆਂ ਚਲ ਅੱਧਾ ਤੂੰ ਦੇ ਦੇ ਅੱਧਾ ਦੂਜੀ ਦੇ ਦੇਵੇ ਚਲੇ ਕੋਈ ਮਸਲਾ ਨਹੀਂ ਦੇਖੇ ਥੋੜਾ ਸਾ ਦੇ ਛੋ मैं करना प्यार अगर तू मेरे व्याह करा लवे ना मकान मैं तेरे नाम ही ला दिया पहले कि ला दिया मसला वा मैं तेन दिल देता ना तू किराया दे दे तेरी मेरे अच्छा मेरा प्यार है ना हां ए फिर जल्दी जल्दी ना अपने घर वाले ना मेरे अब्बे को भेज दे तेरे पता मेरा अब्बा कार चेंज करता रहता है आए दिन कार चेंज कर हां बड़ा महाजन जे अब्बा तेरा बस की करा मैं आज सबे के घर जाम पई हूं मेरी गलती थोड़ी कोई गल नहीं इंशाल्लाह तेरा की घर भी चेंज करेगा साजी आज हम 11 बज गए ने हैं 11 बज गए हां जी बजिया तो एक भी बड़ा होता पुत्र धागे एक बारी मैं धागे समेत खा गया मेरे अंदर तरपाई हो गई चलो ठीक है ठीक है अपने अबे नु भेज दे बाहर अबा जी तू जाना बाहर चली है भाई जान किधर आ गए हो जी साहब जी तेरा नाश्ता बना दिता है वेले नकमे सिर्फ भूडी करी जाते प्यार ही करी जा रहे उत्तर है जरा चाचा मंजी जो नहीं उठता अच पता नहीं किधर गया है चलो कोई ऐसी बात नहीं जे दिन ओ नहीं रहे तो जाने ये भी नहीं भाजी भाई इधर आ जाओ चले भरा समझ नहीं आनी नौकर इस गल की चाची अज तू गोश्त साबजी लेकिन पापा कह रहे ने कि जो मैं कहांगा वो करना मुंडे की गल नहीं मननी मेरा प्यो है या तेरा प्यो तेन भी तुझी तुम पहुंचे का तुम लाइ साहब जी कह रहे ने कि मुंडे तंग करते कम नहीं करते सख्त गल्लां ना करो नहीं तो मैं तेरी मैं तनखाह डक लैनी जुत्ता कर मैं तेन दसा जुत्ता इहदी भैण ने किन्नू रखिया तेरी भैण ने मैनू रखिया चल तनखा on the part of the
alright. Spit in the flow so tight, yeah. Drinks on the beat, long time. Come on, put up your hands like hot. आज तो तेरे पापा भी घर कोई नहीं हैगे। हाँ मेरे पापा कार नहीं है। किथे गए ने आपके पापा? तेनू इधर नल की? मैंने तो उन्हें नल काम माँ। की काम में? और सुना ठीक ठाक है? मैं ठीक हूँ। शादी के बारे में की मूड है? शादी मैं कर रही है। हाँ ना कर। हाँ। लेकिन मैंने तेरे ने बहुत गुस्सा चढ़ता एक बार ना। तो गुस्सा सा देना चंगा फिर केड़ा चढ़ गया। की गुस्सा था नदी मेरी गाल सुनती मोहतरमा हां ये शादी नहीं हुई साडी हां अजे नहीं हाथ ला सकदे अजे केड़ा शादी हुई है हां हाई शादी नहीं शादी मोहे तो मैं दस रहे हां मैं कह रही हाई शादी नहीं हुई मैं ओही दस रहे हां शादी होई नहीं साडी हां नहीं जदों होएगी मैं आप दस देंगे हो गई आ मैं भी यही गल कह रही है कि शादी है ये नहीं तू समझ नहीं आ रही सोने होई आ मीनू सारी सब होई आ मेरी गल सुन मेरी भी गल सुन ला हां मैं ठप्पा नौकर आओ अफसर आदमी मेरी गल सुन जी जी तू चाहना ना तेरी मेरी शादी हो जाए आयो मैं चाहना अल्लाह ਤੁਹਾਡਾ ਭਲਾ ਕਰੇ ਤੇ ਮੇਰੇ ਪਾਪਾ ਚਾਹਦੇ ਨੇ ਕਿ ਤੂੰ ਆਪਣੇ ਘਰ ਵਾਲਿਆਂ ਨੂੰ ਲੈ ਕੇ ਆ ਸਾਡੇ ਘਰ ਵਾਲੇ ਹੁਣ ਲੰਗੜੇ ਨੇ ਮੈਂ ਕਸੀੜ ਕੇ ਲੈ ਆਵਾਂ ਲੰਗੜਿਆਂ ਨੂੰ ਇੰਜ ਕਰ ਰੇੜੀ ਤੇ ਪਾ ਲਿਆਉਣਾ ਨਹੀਂ ਇਹਦਾ ਵੀ ਹੱਲ ਹੈਗਾ ਹਾਂ ਫੋਨ ਤੇ ਗੱਲ ਕਰ ਫੋਨ ਤੇ ਗੱਲ ਕਰ ਲਾਂਗੇ ਪਾਪਾ ਹਾਂ ਠੀਕ ਹੈ ਫੋਨ ਤੇ ਗੱਲ ਕਰ ਮੈਂ ਕਰਾ ਲਾਂਗਾ ਗੱਲ ਠੀਕ ਹੈ ਨਾ ਠੀਕ ਹੈ ਤੇ ਨਾਲੇ ਨਾ ਇੱਕ ਗੱਲ ਹੈ ਜੀ ਜੀ ਤੂੰ ਕਹਿੰਦਾ ਕਿ ਤੂੰ ਮੇਰੇ ਨਾਲ ਬਹੁਤ ਪਿਆਰ ਕਰਨਾ ਇਹ ਤੇ ਮੈਂ ਦੱਸਿਆ ਤੇਰੇ ਡੈਡੀ ਨੂੰ ਆਪਣੀ ਅੰਮੀ ਨੂੰ ਵੀ ਦੱਸਿਆ ਅੱਛਾ ਦੋਵੇਂ ਰਾਜ਼ੀ ਨੇ gonna drive me crazy and I've been feeling you lately ain't nobody can make me feel the way I'm feeling about you gonna drive me crazy and I've been feeling you lately ain't nobody can make me feel the way you do ਅਜੇ ਤੇ ਤੈਨੂੰ ਬਾਅਦ ਚੋਂ ਮੇਰਾ ਪਤਾ ਲੱਗਣਾ ਏ ਮੇਰੀ ਮਹੱਲੇ ਚ ਬਹੁਤ ਵਾਕਫੀਅਤ ਆ ਜੀ ਆ ਇੰਨੀ ਕਿ ਜਾਨ ਏ ਉਹ ਤੂੰ ਕੱਢ ਲੈਣੀ ਆ ਤੂੰ ਕਿਹੜਾ ਰਹਿਣ ਦੇਣੀ ਆ ਅੱਗੇ ਨਹੀਂ ਹੈ ਤੇ ਤੇ ਚ ਮੈਂ ਕੱਢਣਾ ਕੀ ਏ ਅੱਜ ਖਾਣਾ ਕੀ ਆ ਇੰਜ ਕਰਨਾ ਹਾਂਜੀ ਗੋਸ਼ਤ ਖਵਾਉਂ ਗੋਸ਼ਤ ਦਾ ਸੀਜ਼ਨ ਹੁਣ ਮੁੱਕ ਗਿਆ ਅੱਜ ਟਕਾਟਕ ਖਾਲਾ ਦਿਲ ਮੇਰਾ ਕਰ ਰਿਹਾ ਗੋਸ਼ਤ ਖਾਣ ਦਾ ਤੂੰ ਮੈਨੂੰ ਟਕਾਟਕ ਸੁਣਾ ਮੈਂ ਕੜਾਈ ਬਣਵਾ ਕੇ ਲਿਆਣਾ ਹੁਣੇ ਲੋਹੇ ਦੀ ਇਹੀ ਗੱਲਾਂ ਤੇਰੀਆਂ ਮੈਨੂੰ ਨਾ ਚੰਗੀਆਂ ਨਹੀਂ ਲੱਗਦੀਆਂ ਮੈਂ ਲੈ ਕੇ ਆਣਾ ਜਾਣ ਤੇ ਖੱਟਾ ਕਰ ਦੇ ਨਾ ਮੈਂ ਲੈ ਕੇ ਆਣਾ ਨਾਲ ਨਾਲ ਖੱਟਾ ਕਰਿਆ ਕਰ ਮੇਰਾ ਨਾਲ ਨਾਲ ਲੈ ਕੇ ਆਵਾਂ ਠੀਕ ਹੈ ਨਾਲ ਵੀ ਨਾਲ ਨਾਲ ਕੋਕ ਵੀ ਲੈ ਕੇ ਕੋਕ ਵੀ ਸਪਰਾਈਟ ਵੀ 7 ਅਪ ਵੀ ਆਪਣਾ ਮੈਂ ਇਹਦਾ ਪਤਾ ਕਰਾਂ ਚੌਧਰੀ ਅਕਸ਼ਰ ਸਾਹਿਬ ਕਿੱਥੇ ਆ ਅਗਰ ਵੀ ਆ ਵੀ ਅੱਲਾ ਖੈਰ ਮੇਰੇ ਮਾਲਕਾ ਮੇਰੇ ਮੋਲਾ ਆਵੇ ਕਾਕਾ ਕੀ ਹਾਲ ਹੈ ਚਾਚੂ ਬਿਲਕੁਲ ਠੀਕ ਚਾਚੂ ਆਏ ਚਾਚਾ ਜੀ ਤਬੀਅਤ ਕੈਸੀ ਹੈ ਪਰ ਤਬੀਅਤ ਕਾਕਾ ਢਿੱਲੀ ਮੱਠੀ ਰਹਿੰਦੀ ਹੈ ਚਾਚਾ ਜੀ ਪਤਾ ਨਹੀਂ ਕਿਉਂ ਤੁਸੀਂ ਇੱਥੇ ਮਕਾਨ ਕਿਰਾਏ ਤੇ ਲਿਆ ਬਾਹਰ ਸੁੱਤੇ ਹੋ ਹਾਲਾਂਕਿ ਇਹ ਪੋਰਸ਼ਨ ਅੱਛਾ ਹੈ ਉਹਨਾਂ ਕੋ ਨਹੀਂ ਇੱਡਾ ਅੱਛਾ ਹੋਰ ਘਰ ਬਾਰ ਸਾਰੇ ਠੀਕ ਆ ਜੀ ਚਾਚੂ ਬਿਲਕੁਲ ਠੀਕ ਹੈ ਅੰਮੀ ਦਾ ਸੁਣਾ ਅੰਮੀ ਠੀਕ ਹੈ ਵਾਪਸ ਆ ਗਈ ਹੈ ਔਰ ਸਾਈਵਾਲ ਨੇ ਸੀ ਕਹੀ ਤੇਰੇ ਚਾਚੇ ਹਾਲ ਆਹ ਆ ਚਾਚੇ ਨੇ ਵਾਪਸ ਕਰ ਦਿੱਤੀ ਛੋਟੀ ਭੈਣ ਦਾ ਸੁਣਾ ਛੋਟੀ ਭੈਣ ਠੀਕ ਹੈ ਤਲਾਕ ਹੋ ਗਈ ਹੈ ਉਹ ਬਹਿ ਜਾ ਯਾਰ ਕਿਧਰੇ ਬਹਿ ਜਾ ਤੂੰ ਚਾਚੂ ਕੁਝ ਖਵਾ ਨਾ ਆ ਖਾਓ ਪੁੱਤ ਜੋ ਮਰਜ਼ੀ ਖਾਓ ਕੀ ਖਾਣਾ ਆ ਬਿਲਕੁਲ ਬੁੱਤ ਗੱਲ ਤਾਂ ਹੈ ਹੀ ਕੋਈ ਨਹੀਂ ਜੀ ਚਾਚੂ ਅਸਾ ਤੈਨੂੰ ਪਤਾ ਵੀ ਮੇਰੀ ਤਬੀਅਤ ਰਹਿੰਦੀ ਢਿੱਲੀ ਮੱਠੀ ਹਾਂਜੀ ਇਸ ਤੋਂ ਜਿਹੜਾ ਨਾ ਚਾਚੂ ਤੁਹਾਡਾ ਕੇਬਲ ਵਾਲਾ ਆਇਆ ਸੀ ਉਹ ਤਾਂ ਮੈਂ ਰਾਤ ਦਾ ਟਾਈਮ ਦੇਤਾ ਸੀ ਯਾ ਮੈਂ ਬੋਲੋ ਤੇ ਤੁਹਾਡੀ ਨੁਕਰਾਨੀ ਵੀ ਅੱਛੀ ਚਾਚੂ ਹਾਂ ਨੁਕਰਾਨੀ ਮੇਰੀ ਅੱਛੀ ਹੈ
ਚਾਚੂ ਤੁਸੀਂ ਮਿਹਰਬਾਨੀ ਹੈ ਤੁਸੀਂ ਸਾਡਾ ਖਿਆਲ ਰੱਖਣਾ ਨਾ 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 ਪੁੱਤ ਖਾਓ ਤੁਸੀਂ ਇਹ ਤੁਹਾਡਾ ਇੰਜ ਹੀ ਸਮਝ ਕੇ ਖਾਓ ਜਿੱਦਾਂ ਪਿਓ ਦਾ ਮਾਲ ਹੁੰਦਾ ਨਾ ਖਾਓ ਇਹ ਸਭ ਕੁਝ ਤੁਹਾਡਾ ਹੀ ਹੈ ਆ ਸਲੰਗੀ ਤੇਰੀ ਅੰਮੀ ਨੂੰ ਬਹੁਤ ਪਸੰਦ ਆ ਹਲੇ ਅੱਜ ਮੇਰੀ ਅੰਮੀ ਨੇ ਆਉਣਾ ਅਗਰ ਪੁੱਤ ਤੇਰੀ ਮਾਂ ਨਾ ਆਈ ਹਾਂਜੀ ਅਗਲੇ ਦੋ ਦਿਨ ਮੇਰੇ ਤੂੰ ਕਢਾਉਣੇ ਆ ਆ ਚੀਜ਼ਾਂ ਤਿੰਨ ਖਾਣੀਆਂ ਗਲਤ ਨਾ ਸਮਝਿਆ ਕਰੋ ਠੀਕ ਹੈ ਚਾਚੂ ਤੁਸੀਂ ਇੱਡੇ ਅੱਛੇ ਹੋ ਹਾਂ ਤੁਸੀਂ ਕਿਰਾਏਦਾਰ ਲੱਗਦੇ ਹੀ ਨਹੀਂ ਮੈਂ ਬਿਲਕੁਲ ਠੀਕ ਹਾਂ ਆਕੇ ਤੇ ਤੁਸੀਂ 10 ਵਜੇ ਆਣਾ ਸੀ 3 ਵਜ ਗਏ ਨੇ ਤੁਸੀਂ ਮੈਨੂੰ ਦੱਸ ਕਿ ਨਹੀਂ ਆਏ ਮੈਂ ਆ ਗਿਆ ਤਾਂ ਮੈਨੂੰ ਮਾਲਕ ਨੇ ਫੋਨ ਕਰਤਾ ਸਾਹਿਬ ਜੀ ਨੇ ਕੀ ਫੋਨ ਕੀਤਾ ਹੈ ਸਾਹਿਬ ਜੀ ਨੇ ਕਿਹਾ ਨਾਸ਼ਤਾ ਬਣਾ ਮੈਂ ਘਰ ਨਾਸ਼ਤਾ ਬਣਾਉਣਾ ਸੀ ਤੁਸੀਂ ਇਹ ਕੌਣ ਇਹ ਫੌਤ ਹੋ ਗਏ ਨੇ ਤੇ ਸਿਗਰਟ ਲੈਣ ਆਏ ਪਿੱਛੋਂ ਕਬਰ ਮੱਲੀ ਗਈ ਹੈ ਇਹ ਬਹੁਤ ਅੱਛੇ ਮੇਰੇ ਚਾਚੂ ਹੈ ਅੱਛਾ ਹਾਂ ਆ ਬੈਠੇ ਚਾਚੂ ਜੀ ਚਾਚੂ ਸਾਹਿਬ ਇਹਨਾਂ ਨਾਲ ਨਾ ਮੇਰਾ ਇਹਨਾਂ ਤੇ ਕਿੰਨਾ ਹੋਣਾ ਹੈ ਇਹਨਾਂ ਨਾਲ ਹਾਂਜੀ ਪਿਆਰ ਕਰਤੀ ਮੇਰੇ ਸਾਥ ਬਹੁਤ ਜ਼ਿਆਦਾ ਪੱਕਾ ਇਹਦਾ ਕੱਦ ਜ਼ਿਆਦਾ ਹਾਂਜੀ ਪਾਰਟਨਰਸ਼ਿਪ ਨਾ ਕਰ ਲਈਏ ਦੋਨੋਂ ਚਾਚਾ ਜੀ ਹਾਂਜੀ ਤੁਸੀਂ ਮੈਨੂੰ ਪਿਆਰ ਦਿਓ ਹੈ ਪਿਆਰ ਦਿਓ ਆ ਜਾ ਚੱਲ ਕਾਕਾ ਹਾਂਜੀ ਪਾਣੀ ਗਰਮ ਰੱਖ ਤਾਂ ਮੈਂ ਜਰਾ ਇਹਨੂੰ ਪਿਆਰ ਦੇ ਲਵਾਂ ਹੈ ਚਾਚਾ ਜੀ ਉਹ ਵਾਲਾ ਨਹੀਂ ਹਾਂ ਵੱਡਿਆਂ ਦਾ ਵੱਡਿਆਂ ਵਾਲਾ ਆਹੋ ਨਹੀਂ ਹੁਣ ਜਿੱਡਾ ਉੱਡਾ ਹੀ ਹੈ ਮੇਰਾ ਵੱਡਿਆਂ ਵਾਲਾ ਕਿੱਥੋਂ ਹੋ ਗਿਆ ਅਜਾ ਬਜ਼ੁਰਗ ਹੋ ਗਏ ਨਾ ਹੁਣ ਤਾਂ ਬਜ਼ੁਰਗਾਂ ਵਾਲਾ ਹੀ ਪਿਆਰ ਹੈ ਮੇਰਾ ਵਿਆਹ ਹੋ ਰਿਹਾ ਮੈਨੂੰ ਪਿਆਰ ਦਿਓ ਚਾਚੂ ਬਹੁਤ ਅੱਛੇ ਹੈ ਬਹੁਤ ਮੈਂ ਦੱਸ ਦਿਆਂਗਾ ਹੁਣ ਤੂੰ ਚੁੱਪ ਕਰ ਚਾਚੇ ਵਰਗਾ ਬੰਦਾ ਬਾਥਰੂਮ 'ਚ ਬੈਠਾ ਹੋਵੇ ਅੱਧਾ ਬਾਹਰ ਹੁੰਦਾ ਹੈ ਹੁਣ ਆ ਗਿਆ ਨਾ ਇੱਥੇ ਹਾਂ ਹੁਣ ਪੂਰਾ ਅੰਦਰ ਹੋਏਗਾ ਇਹਦਾ ਕੋਈ ਏਡਾ ਰੌਲਾ ਬਿਸਕਟ ਖਾਓਗੇ ਨਹੀਂ ਤੁਸੀਂ ਮੈਨੂੰ ਪਿਆਰ ਦਿਓ ਹੈ ਪਿਆਰ ਦਿਓ ਇਹ ਮੇਰੀ ਲਵਰ ਹੈ ਹਾਂਜੀ ਉਹ ਪਿਆਰ ਦੀ ਜਿੱਦ ਕਰੀ ਜਾਂਦੀ ਹੈ ਪਿੱਛੋਂ ਮੇਨ ਸੱਚ ਬੰਦ ਕਰ ਦੇ ਚਾਚਾ ਜੀ ਸਿਰਫ 5000 ਦੇ ਦਿਓ ਹੈ 5000
ਤੈਨੂੰ ਸਲਾਮੀ 5-3 ਦੇ ਦੇ ਆਹੋ ਪੰਜਾਬ ਕੰਮ ਕਰ ਇਹਨੂੰ ਰੁਪਈਏ 35 ਦਿਓ ਰਾਤ ਨੂੰ ਘੁੱਟਦਾ ਵੀ ਆ ਚਾਚੂ ਹੈ ਮੇਰੇ ਹਾਂ ਚਾਚੂ ਬੈਠੋ ਨਾ ਹਾਂਜੀ ਆਪ ਗੰਜੇ ਕੀ ਮੈਂ ਪਹਿਲੇ ਮੈਂ ਪੀਵੀ ਦੀ ਕਰੀਮ ਲਾਉਂਦੇ ਸਨ दूर बैठा मेरा भरा चाची चलो प्यार दे दियो हुन हैं मिठाई ते गवाई ते प्यार भी दे दियो प्यार दे देने हां बोलता ही नहीं अरे सारे 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 अल्लाह जानदा जफी पाई है तेरी मां याद आ गई चाचू ये मेरी नजर है हैं आपसे दुआएं लेनी है जी हां ਚਾਚੂ ਦੁਆ ਲੈਣੀ ਤੁਹਾਡੇ ਕੋਲੋਂ ਅੰਦਰ ਪਈ ਹੈ ਮੇਰੀ ਫੱਟੇ ਤੇ ਚੱਕ ਲਾ ਆ ਉੱਤੇ ਪਿੱਛੇ ਪਿਆਲੀਆਂ ਨਹੀਂ ਹਾਂਜੀ ਉੱਥੇ ਦੁਆ ਪਈ ਆ ਉਹਦੇ ਚਿੜੀ ਜੀ ਬਣੀ ਇਹ ਪਿਆਰ ਕਰ ਦੇਖਿਆ ਉਹਨੂੰ ਆਦਤ ਪੈ ਗਈ ਮੇਰੇ ਬਿਸਕਟ ਦੀ ਆਏ ਇੱਧਰ ਹੀ ਆ ਜਾ ਇੱਧਰ ਹੋਰ ਹੈ ਬਿਸਕਟ ਹੋਰ ਹੈ ਇਹ ਚਾਚੂ ਬਹੁਤ ਧੜਕੀ ਹੈ हां जी मैं सिर्फ आपसे प्यार करता हूं जी बिल्कुल मैं तेडी खातर कुछ भी कर सकना सही है मैं तेडी खातर अपनी दादी दे पैसे कर सकना मेनू पता हो किथे रख दे अच्छा शाट दे थल्ले प्यालियां दे विच तुसी भी उथे रख दे हो नहीं ओ पुराने मैं तेरी दादी दे प्यालियां जो कढ चुका हूं हुन तां प्यालियां ओ प्यालियां नहीं रहियां चांदी कैसी बातें कर रही प्यार करती है मुझसे जान जी, जी आप कुछ करो ना क्या प्यार मोहब्बत की बातें करो आप बताएं प्यार मोहब्बत आपको डांस आता है थोड़ा थोड़ा थोड़ी सी एंजॉय करवाओ ना चले ठीक है कहां अभी यहां पे हल्का जा हो जाए जरा हल्का जा चाचे ने सामने हल्का जा हो जाए ठीक है डांस डांस कराना करा रहे हैं करा रहे हैं करा तू मेनू इदा ही समझ में मैं थोड़े कोठे पे आया बैठा अल्लाह दे बंदिया मेरे बच्चे मेहनत करो पहले अपनी बहन की शादी करो
नहीं अब्बा पहले साड़ी कर फिर असि मेहनत करांगे। मेहनत तुसी कर कोई नाने वैड़ा कीता नहीं इस बारी नहीं अब्बा ये सिंह पूरे जी अज की नहीं होया वो तू चौबी घंटे तक ढेर ला के बैठा होना और अपने घर का नहीं मरदा और तेन बाहर क्यों सुट दिता बिस्तरिया रबड़ बन के एक दूए नु सौने ਮਾਰ
ਮਾਰਾ ਤੇਰੇ ਮੂੰਹ ਤੇ ਅਬਾ ਗੁੱਸਾ ਨਾ ਕਰਿਆ ਕਰ ਤੇਰੀ ਨਾੜ ਤੇ ਨਾੜ ਚੜ ਜਾਂਦੀ ਹੈ ਪੁੱਤਰ ਕਿੰਨੀ ਵਾਰ ਚੜੇ ਅਬਾ ਜੀ ਸੋਚੋ ਸਾਡਾ ਵਿਆਹ ਕਰੋ ਤੁਹਾਡੀ ਅੱਗੇ ਨਸਲ ਵਧੇਗੀ ਕੁੱਤੀ ਨਸਲ ਵਧਣੀ ਚਾਹੀਦੀ ਹੈ ਤੁਹਾਡਾ ਵਿਆਹ ਕਰ ਦੇਣਾ ਤੁਸੀਂ ਕੋ ਫੇਰ ਬੱਚੇ ਜੰਮੋ ਤੇ ਹੋਰ ਕੀ ਕਰਨਾ ਓਏ ਕੀ ਵੀਰੇ ਗਈ ਤੇਰਾ ਪਰਸੋਂ ਦਾ ਸਾਰਿਆ ਇੰਨਾ ਕੀ ਬਿਸਕੁਟ ਨਹੀਂ ਮੁੱਕਣ ਗਿਆ ਮੈਨੂੰ ਵੀ ਕਹਿ ਰਹੇ ਕੀ ਮਤਲਬ ਇਸ ਗੱਲ ਦਾ ਅੱਪਾ ਮੈਨੂੰ ਚਾਚਾ ਬਹੁਤ ਪਿਆਰ ਕਰਦਾ ਯਕੀਨ ਕਰੋ ਪਰ ਨਾ ਮੇਰੇ ਬੱਚੇ ਉਹ ਅੱਜ ਦਾ ਜ਼ਮਾਨਾ ਹੈ ਹੀ ਨਹੀਂ ਕਿਸੇ ਤੇ ਇਤਬਾਰ ਉਹ ਮੈਂ ਇਹਨਾਂ ਨੂੰ ਆਪਣੇ ਬੱਚੇ ਸਮਝਦਾ ਇਹਨਾਂ ਨੂੰ ਮੈਂ ਆਪਣੇ ਸੱਚੇ ਪੁੱਤ ਸਮਝਦਾ ਔਰ ਬਣ ਵੀ ਜਾਣਾ ਅਸੀਂ ਇਹਦੀਆਂ ਦੋ ਧੀਆਂ ਜਵਾਨਾਂ ਅਸੀਂ ਕਦੀ ਉਹਨਾਂ ਨੂੰ ਅੱਛੀ ਅੱਖ ਨਹੀਂ ਨਾ ਵੇਖਿਆ ਸਹੀ ਗੱਲ ਹੈ ਸਾਰੇ ਤੁਮਾਨ ਬੱਚੇ ਹੈ ਮੈਂ ਆਪ ਕਿਉਂ ਨਾ ਬੱਚਿਆਂ ਦੇ ਰਿਸ਼ਤੇ ਇਹਨਾਂ ਨਾਲ ਹੋ ਜਾਣ ਅੱਬਾ ਇਹਨਾਂ ਦੇ ਵੀ ਘਰ ਵਸ ਜਾਣਗੇ ਇੱਥੇ ਰਹਿਣਗੇ ਮੇਰਾ ਵੀ ਵਸਿਆ ਰਹੂਗਾ ਬੜੀ ਗੱਲ ਏ ਤੂੰ ਵਿਆਹ ਨਹੀਂ ਕਰਨਾ ਚਾਹੁੰਦਾ ਤੂੰ ਮਾਲਕ ਮਕਾਨ ਬਣਨਾ ਚਾਹੁੰਦਾ ਅਰੇ ਮੈਂ ਕਦੀ ਹੋਣ ਨਹੀਂ ਦਿਆ ਚਾਹੁੰਦਾ ਤੂੰ ਇੱਥੇ ਓਏ ਧੱਕਾ ਨਾ ਮਾਰੀ ਮੇਰਾ ਪੈਰ ਮਿਰਗੀ ਪੈ ਜਾਂਦੀ ਮੇਰੇ ਪੈਰ ਚਬੜ ਦਿਓ ਬੱਚਿਓ ਬਸ ਨਾ ਕਰ ਮਿਰਗੀ ਮੂੰਹ ਸੁਜਾਤਾ ਕਿਸੇ ਬਗਾਰਤ ਦੀ ਔਲਾਦੇ ਫੇਰ ਬਕਵਾਸ ਕਰ ਰਹੇ ਮੈਂ ਬਕਰਾਂਗਾ ਇੱਥੇ ਮੈਂ ਕਰਾਇਆ ਦਿੰਦਾ ਮੈਂ ਤੇਰੀ ਸਿਰਫ ਇਸ ਵਾਸਤੇ ਇੱਜ਼ਤ ਕਰਨਾ ਮੈਂ ਕਹਿਣਾ ਨਹੀਂ ਚਾਹੁੰਦਾ ਤੇਰੀਆਂ ਬੱਚੀਆਂ ਜਵਾਨ ਨੇ ਚਲੋ ਅੰਦਰ ਤੇਰੀ ਮਿਹਰਬਾਨੀ ਹੈ ਤੇਰੀ ਮਿਹਰਬਾਨੀ ਹੈ ਤੂੰ ਇਹ ਗੱਲ ਮੂੰਹ ਤੇ ਨਹੀਂ ਲਿਆਂਦੀ ਹਾਂ ਅਬਾ ਜੀ ਪਹਿਲੇ ਮੇਰਾ ਵਿਆਹ ਹੋਏਗਾ ਤੇਰਾ ਗੱਲ ਹੀ ਹੋਏਗਾ ਪਹਿਲੇ ਮੇਰਾ ਹੋਏਗਾ ਪਹਿਲੇ ਤੁਹਾਡੀ ਭੈਣ ਦਾ ਹੋਏਗਾ ਫਿਰ ਤੁਹਾਡਾ ਹੋਏਗਾ ਨਹੀਂ ਅੱਬਾ ਪਹਿਲੇ ਮੇਰਾ ਹੋਏਗਾ ਉਹ ਪੁੱਤਰ ਪਹਿਲੇ ਜਵਾਨ ਤੇ ਹੋ ਜਾ ਅੱਬਾ ਜੀ ਜਵਾਨ ਹੋ ਗਏ ਆ ਕਿਵੇਂ ਪਤਾ ਲੱਗੇਗਾ ਨਾਲ ਸੌਂ ਕੇ ਵੇਖ ਲਾ ਜਾ ਆਪਣੇ ਘਰ ਜਾ ਕੇ ਰਾਤੀ ਅਸੀਂ ਇਕੱਠੇ ਹੀ ਸੁੱਤੇ ਆ ਮੈਨੂੰ ਕਿਹਾ ਮੂੰਹ ਪਰੇ ਕਰ ਇਹਨੇ ਕਰ ਲਿਆ ਮੈਂ ਕਿਹਾ ਸਾਹ ਲੈ ਕਹਿੰਦਾ ਨਹੀਂ ਆਉਂਦਾ ਮੈਂ ਕਿਹਾ ਹਾਲ ਹੈ ਤੂੰ ਮੇਰਾ ਭਰਾ ਸਾਂਝੀ ਇਹਨਾਂ ਦੀ ਭੈਣ ਪਰੇਸ਼ਾਨ ਬੈਠੀ ਰਹਿੰਦੀ ਇਹਨਾਂ ਦੀ ਵਜ੍ਹਾ ਤੋਂ ਮੇਰੀ ਗੱਲ ਸੁਣੋ ਏ ਜੀ ਅੱਬਾ ਜੀ ਮੇਰਾ ਆਖਰੀ ਅਲਟੀਮੇਟਮ ਜੇ ਕੰਮ ਕਰੋ ਭੈਣ ਵਾਸਤੇ ਰਿਸ਼ਤਾ ਲੱਭੋ ਉਸ ਤੋਂ ਬਾਅਦ ਤੁਹਾਡਾ ਵਿਆਹ ਹੋਣਾ ਅੱਬਾ ਬੇਫਿਕਰ ਹੋ ਜਾ ਪਹਿਲੇ ਭੈਣ ਦਾ ਹੀ ਹੋਏਗਾ ਜਾ ਔਰ ਤੂੰ ਦੇਂ ਚੁਕਾਰ ਦੇ ਵੀ ਤੇਰੀ ਸਾਡੀ ਕੋਈ ਰਿਸ਼ਤੇਦਾਰੀ ਹੋਏਗੀ ਉਹ ਨਹੀਂ ਆ ਨਹੀਂ ਮੇਰੀ ਕਾ ਦੇਗੀ ਤੂੰ ਦੇਵੇਂ ਵੀ ਤਾਂ ਮੈਂ ਇਹਨਾਂ ਦੀ ਭੈਣ ਦਾ ਰਿਸ਼ਤਾ ਨਹੀਂ ਲੈਂਦਾ ਅਸੀਂ ਤੇ ਤੇਰੀਆਂ ਲੈਣੀਆਂ ਮਿੱਟੀ ਖਾਂ ਅੱਬਾ ਦੇਖ ਲੈ ਕੱਲ ਦੀਆਂ ਗੱਲਾਂ ਐਡੀ ਹੁੰਦੀ ਸੀ ਆ ਕੋਠੇ ਜਿੱਡੀ ਹੋ ਗਈ ਆ ਤੇ ਉੱਥੇ ਛੱਡ ਆ ਬੇਟੇ ਮੂੰਹ ਤੇਰਾ ਚਲੋ ਆਪਾਂ ਜੀ ਅੰਦਰ ਚੜੀਏ ਸੀ ਪਾਪਾ ਜਦ ਇਤਨੇ ਅੱਛੇ ਹੁੰਦੇ ਨਾ ਆਪ ਇਸ ਨੂੰ ਘਰ ਨਾ ਦੇਤੇ ਹੀ ਪਤਾ ਹੈ ਮੇਰੇ ਬੱਚੇ ਕਾਬਲ ਹੁੰਦੇ ਤੇ ਮੈਂ ਕਿਰਾਏ ਤੇ ਕਿਉਂ ਅਸੰਦਾ ਜਿਆ ਪਾਲਦਾ ਹਾਂ ਉਹ ਸ਼ਾਦੀ ਸ਼ਾਦੀ ਹੋ ਗਈ ਆਪਕੀ ਸੈਟ ਹੋ ਜੋ ਸੈਟ ਹੋ ਲਾਈਟ ਪਿੱਛੇ ਕਰ ਦੋ ਜੀ ਸੇ ਹਾਂ ਆਪਾ ਜੀ ਚਲੋ ਅੰਦਰ ਆ ਜੋ ਫੈਸਲਾ ਕਰ ਰਹੇ ਇਹਨੂੰ ਵੇਖ ਨਹੀਂ ਰੱਖੇ ਆ ਜਾ ਇਹ ਪਹਿਣਾ ਤੇਰਾ ਵਿਆਹ ਮੈਂ ਹੀ ਕਰਨਾ ਹੀ ਇਹਨਾਂ ਨੇ ਕਿਤੇ ਨਹੀਂ ਕਰਨਾ ਮੈਂ ਰਿਸ਼ਤਾ ਦੇਖਿਆ ਕਹਾ ਤੂੰ ਬੇਫਿਕਰ ਹੋ ਜਾ ਬਸ ਕਰ ਦੋ ਆਪ ਅਗਰ ਆਪ ਲੋਕ ਇਤਨੇ ਅੱਛੇ ਹੁੰਦੇ ਨਾ ਆਜ ਤੱਕ ਕੋਈ ਸ਼ਾਦੀ ਹੋ ਗਈ ਹੁੰਦੀ ਐ ਹੁਣ ਕਰਨ ਜੋ ਲੱਗੇ ਆ ਉਹ ਪਹਿਣਾ ਤੇਰੀ ਕਿਤੇ ਬਾਤ ਠੀਕ ਨਹੀਂ ਆਈ ਚੱਲ ਕੀ ਚੱਲ ਓਏ ਮੈਨੂੰ ਦੁੱਧ ਪਾਣਾ ਨਹੀਂ ਪੁੰਜੀ ਦੇਣਾ ਮੈਂ ਆਪੇ ਪੀਵਾਂਗਾ ਯਾਨੀ ਹੈ ਕੁੱਤੇ ਦੀ ਨਸਲ ਸੱਕੇ ਬਿਰਾ ਤੁਹਾਨੂੰ ਪਾਪਾ ਇਸਦਾ ਮੂੰਹ ਕਿੱਦਾਂ ਪੜੇ ਇੱਕ ਹੁੰਦਾ ਨਾ ਲੜਾਈ ਵਾਲਾ ਓਏ 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 ਕੁੜੀ ਕੀ ਕਰੇ ਪਾਪਾ ਇਸਦਾ ਮੂੰਹ ਕਿੱਦਾਂ ਪੜੇ ਯਾਰ ਇਹ ਹੌਲੀ ਹੌਲੀ ਧਿਆਨ ਆਉਂਦਾ ਚੱਕਾ ਜੀ ਹੱਥ ਤੋਂ ਕੀ ਪ੍ਰੋਬਲਮ ਹੈ
ਕਿਉਂ ਸਰ ਜੀ ਨਾਸ਼ਤਾ ਲੱਗ ਗਿਆ ਏਡੀ ਉਰਦੂ ਬੋਲਣ ਦੀ ਤੈਨੂੰ ਕਿਹੜੀ ਲੋੜ ਪਈ ਸਾਲਾ ਸਾਡੇ ਤੋਂ ਹੀ ਬੀਏ ਕਰ ਗਿਆ ਅੱਗੇ ਬੜਾ ਦੱਸ ਅੱਗੇ ਬੜਾ ਵਕੀਲ ਬੈਠਾ ਹੈ ਚੱਲ ਕੁੜੀ ਅੰਦਰ ਓ ਬੇਟੇ ਪੁੱਤਰ ਓ ਮੇਰੀ ਧੀ ਹਾਏ ਲਾ ਓ ਸਿੱਧਾ ਹੋ ਜਾ ਅੱਜ ਨਹੀਂ ਕਿਸੇ ਨੇ ਆਉਣਾ ਓਏ ਚੱਲ ਅੰਦਰ ਤੂੰ ਅੱਬਾ ਜੀ ਮੈਂ ਆਉਂਦਾ ਨਹੀਂ ਕਰ ਕੀ ਚਲੋ ਮੈਂ ਆ ਰਿਹਾ ਤੇ ਨਾ ਕਰ ਕਰ ਚੱਲ ਕਰ ਕਰ ਕੇ ਜੰਦ ਪੁੱਤਰ बर्फ ला दिया सफर कर लो हेलो ਕੀ ਸਮੈਲ ਆ ਰਹੀ ਹੈ ਆ ਜਾ ਨਾ ਕੜੀ ਅੱਖ ਲਾ ਲਾ ਸਾਲਿਆ ਪਿੱਛੇ ਮੋਬਾਈਲ ਰੱਖਣਾ ਨਾ ਚਾਚਾ ਨਹੀਂ ਰੱਖਣਾ ਹੈ ਚਾਚੇ ਨੂੰ ਹਮੇਸ਼ਾ ਅੱਗੇ ਰੱਖੀਦਾ ਆਏ ਜਵਾਨ ਧੀਆਂ ਕੜੀ ਅੱਖ ਲਾ ਲਾ ਹੈਲੋ ਉਹ ਜਵੇਦ ਉਹ ਯਾਰ ਤੂੰ ਕਹਿੰਦੇ ਨਾ ਸ਼ਾਦੀ ਦਾ ਉਹ ਭੈਣ ਮੇਰੀ ਜਵਾਨ ਹੈ ਤੂੰ ਬਰਾਤ ਲੈ ਕੇ ਆ ਜਾ ਬਸ ਯਾਰ ਉਹਦਾ ਹੋਏਗਾ ਤੇ ਸਾਡਾ ਹੋਣਾ ਹੀ ਫਿਰ ਉਹ ਤੂੰ ਛੱਡ ਬਸ ਬਰਾਤ ਲੈ ਕੇ ਪਹੁੰਚ ਸਾਰੇ ਇੰਤਜ਼ਾਮ ਮੁਕੰਮਲ ਨੇ ਆਇਸ਼ਾ ਤੋਂ ਇਸ਼ਾ ਤੋਂ ਬਾਅਦ ਚੁੱਕਣਾ ਇਹਨੂੰ ਤੂੰ ਆ ਜਾ ਆ ਜਾ ਆ ਜਾ ਉਹ ਤੂੰ ਤਾਂ ਸਵੇਰੇ ਨਾਸ਼ਤਾ ਲਿਆਉਣਾ ਭਾਈ बोलन कौन दिया सी आ मेरा आपा ये आपके घर की नुकरानी कोई गंदा काम ना करना मोटर खराब है एक मिनट इधर होई आहो मोटर खराब है अब मेरा ब्याह ना होया मैं दादी ना ब्याह कर लवा ये काश पुत्र तू कितरे मेरा पुत ना हुंदा मैं तेन कदों का बिस्कुट खवा चुका हुंदा अपनी मां बचाई जाना साडी मां दे छौदे लाई जाना आए आगे आए कैसी आप मैं ठीक हूँ मैं भी ठीक हूँ ओ शादी करना चाह रहा था नहीं यकीन एक बंदा हाल च बैठा ए पुछ ला जरा कदी कदी बोलदा ये बहुत अच्छा है एक मिनट ओ चाचा इन्हें तो हूं ही चल जाना तू घूमे च चला गया ओ लोका दी औलाद खराब हुंदी ओ किसे दा आपा खराब होया ਆ ਸ਼ੁਕਰ ਕਰ ਮੈਂ ਚਾਚੇ ਨੂੰ ਹਲਾਤਾ ਨਹੀਂ ਤੇ ਇਹ ਤੇ ਉਹ ਜ਼ਹਿਨੀ ਤੌਰ ਤੇ ਇਹਨੂੰ ਕਮਰੇ 'ਚ ਵਾੜ ਕੇ ਕੁੰਡੀ ਵੀ ਲਾਉਣ ਲੱਗਾ ਤੂੰ ਸਹੀ ਕਹਿ ਰਿਹਾ ਕਿਉਂਕਿ ਚਾਚੇ ਨੇ ਇਹਨੂੰ ਫਿਰਦਿਆਂ ਤੁਰਦਿਆਂ ਵੇਖ ਲਿਆ ਹੈ ਸਾਹਿਬ ਜੀ ਆਹਾਂ ਜੀ ਭਾਈ ਸਾਹਿਬ ਜੀ ਜੇ ਤੁਹਾਡਾ ਆਪਾ
ਸਮਝੇ ਨਾ ਆਹ ਮੈਂ ਤੁਹਾਡੇ ਨਾਲ ਵਿਆਹ ਕਰਾ ਲਵਾਂ ਤੁਹਾਨੂੰ ਮੇਰਾ ਪੁੱਛਣ ਨਹੀਂ ਹੋਈ ਆਪਾਂ ਮੰਨ ਜਾਓ ਉਹ ਤਾਂ ਮੰਨਿਆ ਪਿਆ ਆਜਾ ਉਹ ਕਾਹਦੇ ਲਈ ਆ ਜਾ ਉਹ ਚਬਲੇ ਜਾ ਅੱਜੇ ਉਹ ਆਂਦਾ ਤੈਨੂੰ ਫਿਕਰ ਬਾਕਾ ਨਹੀਂ ਸਿਰ ਤੋਂ ਵਾਲ ਉਡਾ ਲੈ ਉਮਰ ਗੁਲ
इसके सुहागरात का पता नहीं क्या होती है सुहागरात सुहागरात है जी यार अजीब 0 मीटर 70 ਤੁਹਾਡੇ ਕੋਲ ਆ ਤੁਸੀਂ ਇੱਕੋ ਸਾਹ ਚ ਫੈਸਲਾਬਾਦ ਜਾਣਾ ਤੇ ਆਉਣਾ ਇਹ ਨਹੀਂ ਚਾਰ ਤੁਸੀਂ ਇਤਨੇ ਵਾਅਦੇ ਕੀਏ ਮੇਰੇ ਨਾਲ ਸ਼ਾਦੀ ਕੇ ਕਾ ਕਰਨੀ ਹੈ ਸ਼ਾਦੀ ਮੁੱਸੇ ਬਸ ਮੈਂ ਪਹਿਲੀਆਂ ਸ਼ਾਦੀਆਂ ਤੋਂ ਬਹੁਤ ਪਛਤਾਉਂਦੇ ਆ ਅਰੇ ਰਾਵੀ ਤੋਂ ਉਹ ਸਦਕੇ ਦਾ ਚੀਲ ਗੋਸ਼ਤ ਨਹੀਂ ਸੁੱਟਦਾ ਹਾਂ ਓਏ ਕੌਰੋ ਤੋਂ ਉਹ ਕੈਚ ਕਰਕੇ ਘਰ ਹਾਂਡੀ ਪਕਾਉਂਦੀ ਸੀ ਓ ਫੇ ਉਹਦੇ ਨਾਲ ਵੀ ਵਿਆਹ ਕੀਤਾ ਫਿਰ ਕੀ ਹੋਇਆ ਫਿਰ ਪੰਜ ਅੱਛਾ मैं एक मुंडा चोपी कर गया अच्छा आप मुझे खुल के बताए कि आप मुझसे कितना प्यार कर जे तू इसे तरह रुसे रुसे रहना वो जे तू इसे तरह रुसे रुसे रहना ते छमो साडा दिल मोड़ दे जे तू इसे तरह रुसे रुसे रहना जे तू इसे तरह रुसे रुसे रहना ते छमो साडा दिल मोड़ दे शीशा ला रिया दा सानू जे बहाना शीशा ला शादी का
ਜੱਫੀ ਪਾ ਸਾਰਿਆ ਤੂੰ ਬੈਠੇ ਹੀ ਸਾਊਥ ਸਕੋਰ ਕਰ ਲਿਆ ਜੱਫੀ ਪਾ ਇਧਰ ਆਇਆ ਦੇਖੇ ਨਾ ਕਿੰਨੀ ਜ਼ਿਆਦੀ ਹੋ ਰਹੀ ਕਾਹ ਮੇਰੀ ਸਹੇਲੀ ਨਹੀਂ ਨਾ ਚਲੋ ਇਹ ਤਾਂ ਸਭ ਦੀ ਤੁਹਾਡੀ ਭੈਣ ਦੀ ਸਹੇਲੀ ਹੈ ਤੇ ਸਾਡੀ ਵੀ ਹੋਈ ਨਾ ਫਿਰ ਕੋਈ ਗੱਲ ਨਹੀਂ ਸਾਡੀ ਭੈਣ ਨਹੀਂ ਉਹਨਾਂ ਨੇ ਸ਼ਿਕਾਇਤ ਕਰ ਦੇਣੀ ਹੈ ਪਿਛਲੀ ਗਲੀ 'ਚ ਰਹਿੰਦੇ ਕਿਆ ਮਸਲਾ ਬਸ ਮੈਂ ਉਸੇ ਮਿਲਣੇ ਆਈ ਹੂੰ ਮੈਂ ਉਹਦੀ ਸ਼ਾਦੀ ਹੋ ਰਹੀ ਮੈਂ ਉਹਨੂੰ ਮਿਲਣ ਆਈ ਹਾਂ 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 ਸ਼ਾਦੀ ਹੋ ਰਹੀ ਹੈ ਬਸ ਇਨਸ਼ਾਅੱਲਾ ਹੋ ਹੀ ਜਾਣੀ ਹੈ ਇਨਸ਼ਾਅੱਲਾ ਰਿਸ਼ਤਾ ਲੱਭ ਰਹੇ ਨੇ ਸਾਹਿਬ ਜੀ ਨੇ ਕਿਹਾ ਰਿਸ਼ਤਾ ਲੱਭੇਗਾ ਪਿਆ ਬਰਾਤ ਪਤਾ ਮੈਂ ਇੰਨੀ ਮੁਸ਼ਕਿਲ ਸੀ ਆਈ ਵੀ ਬਸ ਟਾਈਮ ਨਹੀਂ ਹੁੰਦਾ ਮੈਂ ਜੌਬ ਕਰਦੀ ਹੁਣ ਇਸ ਲਈ ਆਪ ਕਿਤੇ ਨਹੀਂ ਨਾ ਸ਼ਾਦੀ ਦੇਖ ਕੇ ਜਾਏ ਸ਼ਾਦੀ ਮੈਂ ਦੇਖ ਕੇ ਜਾਵਾਂ ਇਹ ਕਿੱਥੇ ਹੈਗੀ ਕਿੱਥੇ ਅਸੀਂ ਆਪਣੀ ਭੈਣ ਦਾ ਵਿਆਹ ਨਾ ਐਮਰਜੈਂਸੀ ਕਰ ਰਹੇ ਗੰਗਾ ਰਾਮ ਗੰਗਾਰਾਮ ਜੀ ਨਹੀਂ ਨਹੀਂ ਅਸੀਂ ਮਤਲਬ ਕਰ ਰਹੇ ਹਾਂ ਜਨਾਬ ਜੀ ਗੁੱਲੇ ਮਾਰੇ ਬੱਪੇ ਕਿਆ ਗੁੱਲੇ खाली पेट ना जा ਇਧਰ ਲਿਆ ਮੈਂ ਪੇਟ ਭਰਨ ਦਾ ਸਮਾਨ ਮੇਰੇ ਕੋਲ ਹੈ ਮੈਂ ਬਾਬਾ ਅੰਦਰ ਖਾਣਾ ਬਣਾਇਆ ਸੀ ਅੱਛਾ ਉਹ ਖਾਵਾਂਗੀ ਮੈਂ ਹਾਂ ਬਿਲਕੁਲ ਇਹ ਸਾਥ ਹੀ ਰਹਤੇ ਪਿਛਲੀ ਦੀਵਾਰ ਇਨਕੀ ਹੈ ਪਿਛਲੀ ਦੀਵਾਰ ਤੇ ਵਾਓ ਕਿੰਨਾ ਅੱਛਾ ਹਾਊਸ ਹੈ ਮੇਰੇ ਪਾਸ ਸੁਣੇ ਯਹਾਂ ਪੇ ਵਾਈਫਾਈ ਹੈ ਵਾਈਫਾਈ ਤੇ ਅਜੇ ਮੇਰੀ ਕੋਈ ਨਹੀਂ ਹੈਗੀ वाईफाई तो आप लिख लें हाँ मुझे कोड बताएं जरा खुल के इस्तेमाल करें कोई ऐसी बात नहीं कि कैसे आप कोड बताएंगे तो मैं इस्तेमाल करूंगा लिखिए अपना albela.com आगा माजिद बगैर लेखक लिखे लिखे आप नहीं लिखे लिखे तो आप क्या करती हैं जॉब कौन सी करती हैं पहले तो पढ़ती हैं स्प्रे वगैरह बेचती हूँ ओ स्प्रे हाँ और आपको पता है उसका असर कितना करता है ਕਿੰਨਾ ਘੰਟਾ ਕਰਦਾ ਤੂੰ 2 ਘੰਟੇ ਹਾਂ ਓਏ ਦੇਖੋ ਨੀ ਲੋ ਇੱਕ ਸ਼ੀਸ਼ੀ ਹੈ ਤੇ ਤੂੰ ਸਪਰੇਅ ਦਾ ਮਤਲਬ ਕੀ ਸਮਝੇ 2 ਘੰਟੇ ਯਾਨੀ ਕਿ 2 ਘੰਟੇ ਉਸਕੀ ਸਮੈਲ ਨਹੀਂ ਜਾਂਦੀ ਹੈ ਅੱਛਾ ਅੱਛਾ ਖੁਸ਼ਬੂ ਹਾਂ ਖੁਸ਼ਬੂ ਨਹੀਂ ਜਾਂਦੀ ਸਾਨੂੰ ਉਹ ਸਪਰੇਅ ਦਿਓ ਕਿ ਕੱਪੜੇ ਧੁੱਲ ਵੀ ਜਾਣ ਫਿਰ ਖੁਸ਼ਬੂ ਆ ਰਹੀ ਹੋਵੇ ਅੱਛਾ ਅੱਛਾ ਉਹ ਵੀ ਹੈ ਮੇਰੇ ਪਾਸ ਆਪਕੋ ਚਾਹੀਏ ਆਪ ਕੀ ਕੀ ਹੋਰ ਵੇਚਦੀ ਹੈ ਨਹੀਂ ਨਹੀਂ ਪਹਿਲੇ ਚੈੱਕ ਕਰਾ ਲਾ ਪਹਿਲੇ ਵੀ ਸਪਰੇਅ ਦੇ ਗਈ ਹੋ ਸਾਨੂੰ ਅੱਛਾ ਉਹ ਮੈਂ ਆਪਣੇ ਉੱਤੇ ਮਾਰਿਆ ਮੈਂ ਮਰਨ ਲੱਗਾ ਉਹ ਟਿੱਡੀ ਦਲ ਮਾਰਨ ਵਾਲਾ ਸੀ ऐसा पूछ रही था ओके वो बहुत अच्छा स्प्रे मैंने आपको दिया था अच्छा आपको यूज करना ही नहीं आया और आप क्या क्या मैंने यूज नहीं करना तुसी मेनू ला के जाया करो क्या मतलब भी ला के जाया करो और मैं सर्फ वगैरह भी बेच लेती हूं वो सर्फ नहीं ताड़ा चाहिए क्या वो सर्फ असि धोता इस्तेमाल कीता दाने निकल आए सर ये साबुन इनू कपड़े नु साथी और आ गई उत्ते सारी अच्छा ते साबुन ले लो साबुन भी बेचनी है जॉब कर दी अच्छी गल है करने जरा साबुन है का तेरे साबुन ले लो जब तक ब्याह नहीं करने साबुन ले लो ओए बाबे ने ना ए तेरे को साबुन है हां जी साबुन है अब बाबे ने खबे आता साबुन ते दे तो सच्चा आपने हमारी बहना को मिलना है हां कहां है वो आ जाओ बेटे सीधे तब क्या है आपको मसला क्या है अबू जी ए भट्ट साहब जान जान के तुम उधर जाते हो नहीं ये बात टॉफी खाओगे दे दे चाचा लॉलीपॉप मोगे और राती तू मुंह मारता रहे ना नहीं खोल रही है जी दे दो मैं खोल देने उनका दी उम्र भी नहीं खोलन दे दे हां साहब जी चलो तू अंदर बच्ची समझती है सारा चाचा जी ਦੇਖੋ ਤੁਸੀਂ ਚਾਹੁੰਦੇ ਸਾਦਗੀ ਨਾਲ ਵਿਆਹ ਹੋਵੇ ਹਾਂਜੀ ਚਲੋ ਨਿਕਾਹ ਨਾ ਕਰੋ ਬੱਚੀ ਦਿਓ ਕੁੜੀਏ
मेरी गल सुनो हूं बूहे आ गए सुन पात्रों के
ਉਹ ਬਹਿਲਾ ਜਿੱਥੇ ਜਿੱਥੇ ਜਗ੍ਹਾ ਲੱਭਦੀ ਬਹਿਲਾ ਉਹ ਮੋਟੂ ਪਤਲੂ ਯਾਰ ਤੇਰਾ ਕੀ ਮਸਲਾ ਹੈ ਯਾਰ ਲੈ ਦੇ ਕੋਈ ਇੱਧਰ ਹੋ ਜਾ ਜੋਸਫ ਇਹ ਕਿੰਨੇ ਸਾਲ ਬਾਅਦ ਨਿਕਲ ਗਿਆ ਇਹ ਕੌਣ ਨਹੀਂ ਇਹਦੀ ਭੈਣ ਨਾਲ ਤੁਹਾਡੀ ਸ਼ਾਦੀ ਹੋਣੀ ਉਹ ਨਹੀਂ ਹੋਈ ਯਾਰੀ ਸਾਦਾ ਮੇਰੇ ਨਾਲ ਕਰ ਲੈ ਆਪਣਾ ਇਹਦੀ ਭੈਣ ਤੇ ਇੱਧਰ ਕੀ ਹੋਣੀ ਨਹੀਂ ਨਹੀਂ ਐਸੀ ਗੱਲ ਨਹੀਂ ਹੈਗੀ ਦੇਖੋ ਲੋਕਾਂ ਦੇ ਸਾਹਮਣੇ ਲੋਕਾਂ ਨੂੰ ਤਮਾਸ਼ਾ ਨਾ ਵਿਖਾਓ ਕਰ ਲੈ ਜਲਦੀ ਕਰ ਲੈ ਬਸ ਬਰਾਤ ਤੁਹਾਡੀ ਕਿਹੜੀ ਆ ਇਹ ਆਈ ਕਿਹੜੀ ਜਗ੍ਹਾ ਤੋਂ ਅਸੀਂ ਪਿੰਡੋਂ ਤੁਰੇ ਆ ਸਾਡੀ ਦੁਸ਼ਮਣੀ ਆ ਭਾਈ ਜੀ ਅੱਛਾ ਪਤਾ ਨਹੀਂ ਕਿਹੜੇ ਵੇਲੇ ਸਾਡੇ ਤੇ ਗੋਲੀ ਚੱਲਦੇ ਕੁੜੀ ਦਿਓ ਮੁੰਡੇ ਦਾ ਟੋਰਨ ਯਾਰ ਆ ਦਿਓ ਕੁੜੀ ਯਾਰਾਂ ਵੇ ਲੋਕਾਂ ਨੂੰ ਤਮਾਸ਼ਾ ਨਾ ਵਿਖਾਓ ਇਹਦੇ ਲੋਕਾਂ ਨੇ ਇਹਨੇ ਪੈਸੇ ਖਰਚੇ ਤਮਾਸ਼ਾ ਵਿਖਾਈ ਹੈ ਨਾ ਦਿਓ ਯਾਰ ਕੁੜੀ ਦਿਓ ਬੀਬੀ ਜੀ ਟਾਈਮ ਕੋ ਯਾਰ ਬੀਬੀ ਜੀ ਉੱਠ ਜਾਓ ਆ ਜਾਓ ਸਰ ਸਾਨੂੰ ਪਤਾ ਸਰ ਜੀ ਬਰਾਤ ਤੇ ਹਰ ਚੀਜ਼ ਨਹੀਂ ਕਰਦੇ ਮੇਰੀ ਬੱਚੀ ਦਾ ਨਿਕਾਹ ਹੈਗਾ ਧਿਆਨ ਨਾਲ ਕਰਨਾ ਜੇ ਨਿਕਾਹ ਬਾਅਦ ਚ ਕਰਨਾ ਮੇਰੇ ਤੇ ਪਹਿਲੇ ਹਮਲਾ ਕਰ ਲਿਆ ਨਿਕਾਹ ਹਾਂਜੀ ਜੀ ਜਨਾਬ ਸ਼ਾਦੀ ਹੋਣੀ ਹੈ ਬੱਚਾ ਨੀ ਹੋਇਆ ਮੁੰਡੇ ਦੇ ਲਿਖੋ ਪਿਓ ਪਿਓ ਦਾ ਨਾਂ ਲਿਖ ਮੁੰਡੇ ਦਾ ਨਾਂ ਕੀ ਹੈ ਜੀ ਚੌਰੀ ਬਸ਼ੀਰ ਜੀ ਮੇਰਾ ਨਾਂ ਔਰ ਮੁੰਡੇ ਦੇ ਵਾਲਦ ਦਾ ਨਾਮ ਚੌਰੀ ਸਦੀਕ ਸਾਹਿਬ ਸਾਡੀ ਤਾਂ ਵੈਸੇ ਪੂਰੀ ਕਲਾਸ ਵਿੱਚ ਕਿਸੇ ਦੀ ਉਮਰ 50 ਤੋਂ ਘੱਟ ਨਹੀਂ ਤੁਸੀਂ 40 ਅੱਜ ਤੋਂ ਤੂੰ 40 ਮੇਰਾ ਪੁੱਤਰ ਹੈ ਅੱਜ ਤੋਂ ਹਾਂ ਕੀ ਹੈ ਇਹ ਤੇਰੀ ਮਾਂ ਹੈ ਓਏ ਤੁਸੀਂ ਬੇਟਾ ਜੀ ਬੈਠੋ ਅੱਛਾ ਨਹੀਂ ਹੋ ਰਹੀ ਇਹ ਤੁਸੀਂ ਬੇਟਾ ਜੀ ਉੱਠ ਜਾਓ ਮੈਂ ਕਿਹਾ ਤਾਂ ਇਹ ਤੁਹਾਡੀ ਵਾਲੀ ਸਿਮ ਨਿਕਲ ਜਾਏਗੀ ਫਾਇਦਾ ਕੋਈ ਨਹੀਂ ਮੈਂ ਡਿਊਲ ਦੀ ਉਮਰ ਦਿਖਾਓ ਜੀ ਕਿਹਦੇ ਸ਼ਰਾਰਤੀ ਕਰਦੇ ਹੋ ਇੱਕ ਮਿੰਟ ਹੋਇਆ ਜੀ ਤੁਹਾਨੂੰ ਕੀ ਹੋਇਆ ਕੀ ਹੋਇਆ ਨਾ ਖਰਾਬ ਤੇ ਯਾਰ ਉਹ ਮੈਂ ਮੁੰਡਾ ਵਿਆਹਣਾ ਮੇਰੀ ਲੱਕ ਦੀ ਲਕੀਰ ਦੁਖਣ ਲੱਗ ਪਈ ਅਬਾ ਯਾਰ ਉਹ ਕੀ ਗੱਲ ਤੂੰ ਹੁੰਦਾ ਯਾਰ ਕੀ ਹੈ ਮੈਂ ਕਿ ਬੇਈਮਾਨ ਆਦਮੀ ਆ ਮੈਂ ਬਿਸਕਟ ਦੇ ਨਹੀਂ ਰਿਹਾ ਚਾਚਾ 2 ਮਿੰਟ ਪਿੱਛੇ ਹੋ ਜਾ ਉਹ ਫੈਰ ਜਾ ਤੂੰ ਇਹਦਾ ਸਟੇਸ਼ਨ ਮੈਨੇਜਰ ਅਬਾ ਇਹ ਜਿਹਾ ਫੇਰ ਜਿਹਾ ਹਰਤਾ ਕਰਕੇ ਤੂੰ ਮੇਰਾ ਮੂੰਹ ਕਾਲਾ ਕਰਾਉਣਾ ਬਾ ਚਲੋ ਅੱਗੇ ਲੱਗ
ਕਿਆ ਬਾਤ ਹੈ ਪਹਿਲੇ ਤੇਰਾ ਆਹ ਵਾਈਟ ਹੈ ਇਹ ਬੇਟਾ ਜੀ ਸਾਈਨ ਕਰੋ ਜੀ ਐਫਐਨ ਇਹ ਤਾਂ ਕਰ ਲੈ ਉਹ ਹੱਕ ਮੈਰ ਤੇ ਲਿਖ ਲਾ ਉਹ ਹੱਕ ਮੈਰ ਸਾਰਾ ਕਿੰਨਾ ਕਹੋਗੇ ਦੇਾਂਗੇ ਸਾਡੀ ਗੱਲ ਹੋ ਗਈ ਮੁਬਾਰਕਾਂ ਹੋ ਗਈ ਜੱਟੀ ਬਾਤ ਅੱਛਾ ਜੀ ਉਹ ਕਬੂਲਤਾ ਉਹ ਦੇ ਮੁੰਡੇ ਨੂੰ ਗਾਲੀ ਨਾ ਦੇ मेरे बाथरूम की कारा मंजी चुप करा तू मेरा ब्याह करना ना छेड़ मैं तेरे ना ब्याह कर लवा मेरे बच्चे भुखे मर जाने कौन जिम्मेदार है बस बस मेरे दो बच्चे अबा जी हूं भैन का हो गया ना हूं साडा घर चलो बस मैं सोचना हूं थोड़े बाद तू ही बांदरी के गई कराओ चुगताई आले कोलो टेस्ट कराओ तेनू हो गया होना तेरिया चुबिया भी लेंदा रहा जनानी जनानी गल करेगी मैं तेरी ना कर रिश्ते लगा दो बिरा उदास हो जाओ एक टैडी होर जमना ਅੱਬਾ ਦੋ ਟੈਡੀਆਂ ਦਾ ਵੀ ਕੱਖ ਨਹੀਂ ਆਉਣਾ ਹਾਂਜੀ ਅੱਬਾ ਮਾਸ਼ਾਅੱਲਾ ਮਾਂ ਕੈਸੀ ਹੈ ਤੁਹਾਡੀ ਅੱਬਾ ਅਸੀਂ ਸਾਡੀ ਤੇ ਮਾਂ ਸਾਡੇ ਕਿਸ ਕੰਮ ਆ ਕੋਈ ਫਰਕੀ ਹੋਵੇ ਇਹ ਦੋ ਬੱਚਿਆਂ ਦਾ ਰਿਸ਼ਤਾ ਲੱਭਣਾ ਤੁਸੀਂ ਅੱਜ ਤੋਂ ਬਾਅਦ ਤੂੰ ਸਾਡੀ ਮਾਂ ਹੈ ਹਾਂਜੀ ਸਾਨੂੰ ਤੂੰ ਹੀ ਸਾਰਾ ਕੁਝ ਦੇਣਾ ਔਰ ਇਹਨਾਂ ਨੂੰ ਭੁੱਖ ਬਹੁਤ ਲੱਗਦੀ ਹੈ ਹਾਂ ਹਾਂ ਰੋਟੀ ਕੋਈ ਗੱਲ ਨਹੀਂ ਇਹ ਵੱਧ ਤੋਂ ਵੱਧ ਕੀ ਖਾਂਦੇ ਨੇ ਛਿੱਤਰ मसहरी भी फटा भी तैयार कर रहे फटा तेज नहीं कर रहे हिम के पते पाने रल के नहाइए
टीका लवाओ। आ फिर करिए वैक्सीन।